ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਦਾਸ ਬ੍ਰੈਂਡ ਦੇ ਕੱਟ ਪੀਸ ਜੀ। ਦਾਸ ਬ੍ਰੈਂਡ ਦੇ ਕੱਟ ਪੀਸ ਆ ਚੁੱਕੇ ਆ ਜੀ, ਟੈਬੀ ਲਾਈਨਿੰਗ, ਡਿਵਾਈਨ ਸਿਲਕ, ਪਿਓਰ ਮਸਲੀਨ, ਪਿਓਰ ਸ਼ਿਮਰ, ਸਾਰੇ ਤਰ੍ਹਾਂ ਦੇ ਕੱਟ ਪੀਸ ਤੁਹਾਨੂੰ ਮਿਲਣਗੇ ਜੀ। ਪਿਓਰ ਚਨੂਨ ਜੀ, ਮਾਲ ਬਹੁਤ ਹੀ ਵਧੀਆ ਡਿਜ਼ਾਈਨਾਂ ਦੇ ਵਿੱਚ ਆਇਆ ਜੀ ਸਾਡੇ ਕੋਲ ਜੀ, ਅਤੇ ਤੁਹਾਨੂੰ ਕਰਾਂਗੇ ਸ਼ੋਅ ਜੀ। ਅਤੇ ਸਭ ਤੋਂ ਪਹਿਲਾਂ ਤਾਂ ਜੀ ਜ਼ਰੂਰ ਦੱਸ ਦੇਵਾਂ ਜੀ, ਕੱਟ ਪੀਸ ਜੋ ਕੱਲ੍ਹ ਓਪਨ ਕਰਾਂਗੇ ਜੀ, ਆਪਾਂ ਸਵੇਰੇ ਟਾਈਮ ਰੱਖਿਆ ਜੀ 9 ਵਜੇ, ਸਵੇਰੇ 9 ਵਜੇ ਓਪਨ ਕਰਾਂਗੇ ਜੀ ਕੱਟ ਪੀਸ ਜੀ। ਦਾਸ ਬ੍ਰੈਂਡ ਦੇ ਹੋਣਗੇ ਕੱਟ ਪੀਸ ਜੀ, ਰੇਟ ਰਹੂਗਾ ਜੀ ਕੱਟ ਪੀਸਾਂ ਦਾ 200 ਰੁਪਏ ਮੀਟਰ ਜੀ। ਬਹੁਤ ਹੀ ਵਧੀਆ ਬ੍ਰੈਂਡ ਦੇ ਆਏ ਆ ਕੱਟ ਪੀਸ ਜੀ, 200 ਰੁਪਏ ਮੀਟਰ ਦੇ ਵਿੱਚ। ਜੋ ਆ ਤੁਸੀਂ ਦੇਖ ਹੀ ਸਕਦੇ ਹੋ, ਆ ਡਿਵਾਈਨ ਦੀਆਂ ਸ਼ਰਟਾਂ, ਇਹ 1000 ਦੀ ਸ਼ਰਟ ਹੈ ਜੀ, ਪਰ ਕੱਟ ਪੀਸਾਂ ਦੇ ਵਿੱਚ 200 ਰੁਪਏ ਮੀਟਰ ਹੈ ਜੀ। ਅਤੇ 500 ਦੀ ਪੈਣੀ ਹੈ 2.5 ਮੀਟਰ ਦੀ ਸ਼ਰਟ ਜੀ। ਅਤੇ ਇਹ ਕੱਟ ਪੀਸਾਂ ਦੇ ਵਿੱਚ ਆਇਆ ਮਾਲ ਜੀ, ਇਸ ਦੇ ਵਿੱਚ ਤੁਹਾਨੂੰ 1.5 ਮੀਟਰ, 2 ਮੀਟਰ, 2.5 ਮੀਟਰ, 3, 3.5, 4, 4.5, 5, ਸਾਰੇ ਤਰ੍ਹਾਂ ਦੀ ਕੱਟਸ ਮਿਲਣਗੇ ਜੀ। ਇਹ ਮਤਲਬ ਇਹ ਨਹੀਂ ਕਿ ਹਰ ਪੀਸ ਹੀ 2.5 ਮੀਟਰ ਦਾ ਹੋਊਗਾ, ਕੁਝ ਪੀਸ 2 ਮੀਟਰ ਦੇ ਹੋਣਗੇ, ਕੁਝ 2.5 ਮੀਟਰ ਦੇ ਹੋਣਗੇ, ਕੁਝ 3.5, ਕੁਝ 3। ਅਤੇ ਹਾਂਜੀ, ਅਤੇ ਸਾਰੇ ਜਿਵੇਂ 3 ਮੀਟਰ ਦਾ ਪੀਸ ਹੋ ਗਿਆ ਜੀ, ਤਾਂ 3 ਮੀਟਰ ਦਾ ਪੀਸ ਦਾ ਰੇਟ 600 ਰੁਪਏ ਹੋ ਗਿਆ ਜੀ। ਅਤੇ ਜੇ 4 ਮੀਟਰ ਹੋ ਗਿਆ ਜੀ 800 ਹੋ ਗਿਆ, ਜੇ 4.5 ਹੋ ਗਿਆ 900 ਹੋ ਗਿਆ ਜੀ। ਹਾਂਜੀ, ਅਤੇ 2 ਮੀਟਰ ਹੋ ਗਿਆ ਤਾਂ 400 ਰੁਪਏ ਹੋ ਗਿਆ ਜੀ, 1.5 ਮੀਟਰ ਹੋ ਗਿਆ ਤਾਂ 300 ਰੁਪਏ ਦਾ ਪੀਸ ਹੋ ਗਿਆ ਜੀ। ਅਤੇ ਤੁਹਾਨੂੰ ਹੁਣ ਅਸੀਂ ਸਾਰੇ ਸ਼ੋਅ ਕਰਾਂਗੇ ਜੀ ਵੀਡੀਓ ਦੇ ਵਿੱਚ ਜੋ ਡਿਜ਼ਾਇਨ ਆਇਆ। ਹਾਂਜੀ, ਅਤੇ ਕੱਲ੍ਹ ਜੋ ਅਸੀਂ ਵੀਡੀਓ ਅਪਲੋਡ ਕੀਤੀ ਸੀ ਜੀ, ਇੱਕ ਭੈਣ ਜੀ ਨੇ ਬਹੁਤ ਹੀ ਵਧੀਆ ਕਮੈਂਟ ਕੀਤਾ ਜੀ ਸਾਨੂੰ। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਇਕੱਲੇ ਕੱਟ ਪੀਸਾਂ ਦੀ ਵੀਡੀਓ ਨਾ ਪਾਇਆ ਕਰੋ, ਤੁਹਾਡੇ ਸੂਟ ਬਹੁਤ ਸੋਹਣੇ ਹੁੰਦੇ ਆ ਅਤੇ ਤੁਸੀਂ ਰੋਜ਼ 10-15 ਸੂਟ ਦਿਖਾਇਆ ਕਰੋ। ਹਾਂਜੀ ਮੈਮ, ਤੁਹਾਡੇ ਅਸੀਂ ਕਮੈਂਟ ਪੜ੍ਹਿਆ, ਅਤੇ ਹਾਂਜੀ ਤੁਹਾਡੀ ਅਸੀਂ ਗੱਲ ਨੂੰ ਫੋਲੋ ਕਰਾਂਗੇ। ਐਂਡ ਤੁਹਾਡੇ ਅਸੀਂ ਹੁਣ ਸੂਟਸ ਦੀ ਵੀਡੀਓ ਅਪਲੋਡ ਕਰਿਆ ਕਰਾਂਗੇ ਡੇਲੀ, ਅਤੇ 10-15 ਸੂਟ ਅਸੀਂ ਤੁਹਾਨੂੰ ਹਰ ਰੋਜ਼ ਵੀਡੀਓ ਦੇ ਵਿੱਚ ਯੂਟਿਊਬ ਦੇ ਉੱਤੇ ਦਿਖਾਇਆ ਕਰਾਂਗੇ ਜੀ। ਹਾਂਜੀ, ਅਤੇ ਜੋ ਅੱਜ ਸਾਨੂੰ ਫਸਟ ਟਾਈਮ ਦੇਖ ਰਹੇ ਜੀ, ਨਿਊ ਸਬਸਕ੍ਰਾਈਬਰ ਜੀ, ਸਾਨੂੰ ਫਸਟ ਟਾਈਮ ਸਾਡੀ ਵੀਡੀਓ ਦੇਖ ਰਹੇ ਆ, ਉਹ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣ। ਕੱਟ ਪੀਸ ਤਾਂ ਸਾਡਾ ਮੇਨ ਕੰਮ ਹੈ ਜੀ, ਅਤੇ ਬਾਕੀ ਫੈਂਸੀ ਕੱਪੜੇ ਵੀ ਹੁੰਦੇ ਜੀ ਆਪਣੇ ਕੋਲ, ਹਰ ਤਰ੍ਹਾਂ ਦੇ, ਹਰ ਤਰ੍ਹਾਂ ਦਾ ਪਲੇਨ ਸਟਾਫ ਮਿਲ ਜਾਂਦਾ ਜੀ ਸਾਡੇ ਕੋਲ। ਬੁਟੀਕ ਭੈਣਾਂ ਜੋ ਬੁਟੀਕਸ ਦਾ ਕੰਮ ਕਰਦੀ ਹੈ ਜੀ, ਉਹਨਾਂ ਲਈ ਬਹੁਤ ਹੀ ਜ਼ਿਆਦਾ ਔਫਰ ਹੈ ਜੀ, ਹਰ ਤਰ੍ਹਾਂ ਦਾ ਤੁਹਾਨੂੰ ਪਲੇਨ ਕੱਪੜਾ ਸਾਡੇ ਕੋਲ ਮਿਲ ਜਾਊਗਾ ਜੀ, ਹਰ ਤਰ੍ਹਾਂ ਦੇ ਦੁਪੱਟੇ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ। ਹਾਂਜੀ, ਅਤੇ ਜੋ ਮਹਿੰਗੇ ਮਹਿੰਗੇ ਬ੍ਰੈਂਡ ਦੇ ਕੱਪੜੇ ਹੁੰਦੇ ਜੀ, ਉਹਨਾਂ ਦੇ ਸਾਡੇ ਕੋਲ ਤੁਹਾਨੂੰ ਕੱਟ ਪੀਸ ਮਿਲ ਜਾਣਗੇ ਜੀ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਦਾਸ ਬ੍ਰੈਂਡ ਦੇ ਕੱਟ ਪੀਸ ਜੀ। ਹਾਂਜੀ, ਸਟਾਰਟਿੰਗ ਕਰੋ ਜੀ, ਇਸ ਪਾਰਸਲ ਨੂੰ ਓਪਨ ਕਰੋ, ਇਹ ਦੇਖ ਸਕਦੇ ਹੋ ਸਾਰੇ ਦਾਸ ਬ੍ਰੈਂਡ ਦੇ ਹੋਣਗੇ ਕੱਟ ਪੀਸ ਜੀ। ਇਹ ਹੈਗੇ ਜੀ ਸ਼ਿਮਰ, ਇਹ ਮਸਲੀਨ ਹੈ ਜੀ, ਹਾਂਜੀ ਡਿਜ਼ਾਇਨ ਸਾਰੇ ਹੀ ਸੋਹਣੇ ਆ, ਕੱਪੜਾ ਬਹੁਤ ਹੀ ਫਾਈਨ ਹੈ ਜੀ, 200 ਰੁਪਏ ਮੀਟਰ ਦੀ ਕੁਆਲਿਟੀ ਹੈ ਜੀ। ਮੋਸਟਲੀ ਵੱਡੇ ਪੀਸ ਹੀ ਹੋਣਗੇ ਜੀ ਕੱਟ ਪੀਸਾਂ ਦੇ ਵਿੱਚ, ਪਰ ਕੰਪਨੀ ਸਾਨੂੰ 1.5 ਮੀਟਰ ਤੋਂ ਪਲੱਸ ਹੀ ਕੱਟ ਪੀਸਾਂ ਦਾ ਦੱਸਦੀ ਹੈ ਕਿ 1.5 ਮੀਟਰ ਤੋਂ ਪਲੱਸ ਹੀ ਪੀਸ ਹੋਣਗੇ। ਹਾਂਜੀ, ਆ ਸਾਰੇ ਸ਼ਿਮਰ ਦੇ ਪੀਸ ਹੈ ਜੀ, ਸ਼ਿਮਰ ਮਸਲੀਨ, ਸ਼ਿਮਰ ਮਸਲੀਨ ਅਤੇ ਪਲੇਨ ਸ਼ਿਮਰ ਦੇ ਪੀਸ ਤੁਹਾਨੂੰ ਮਿਲ ਜਾਣਗੇ ਜੀ।
ਹਾਂਜੀ ਆਹ ਤੁਸੀਂ ਦੇਖ ਸਕਦੇ ਹੋ ਜੀ, ਮਸਲੀਨ ਦੇ ਪੀਸ ਜੀ, ਦਾਸ ਬ੍ਰੈਂਡ ਦੇ ਹੋਣਗੇ ਕੱਟ ਪੀਸ ਜੀ। ਬਹੁਤ ਹੀ ਸੋਹਣੇ ਪ੍ਰਿੰਟ ਹੈ ਜੀ, ਬਹੁਤ ਹੀ ਫਾਈਨ ਫੈਬਰਿਕ ਹੈ ਜੀ ਦਾਸ ਦਾ। ਅਤੇ ਕੱਲ੍ਹ ਜ਼ਰੂਰ ਵਿਜਿਟ ਕਰਿਓ ਜੀ, ਜੋ ਕੱਟ ਪੀਸ ਲੈਣਾ ਚਾਹੁੰਦੇ ਜੀ ਵਧੀਆ ਕੱਪੜਿਆਂ ਦੇ ਵਿੱਚ ਜੀ। 200 ਰੁਪਏ ਮੀਟਰ ਰੇਟ ਹੈ ਜੀ ਇਹਨਾਂ ਕੱਟ ਪੀਸਾਂ ਦਾ ਜੀ। ਮਿਕਸ ਪਾਰਸਲ ਹੈ ਜੀ ਇਹ ਕੱਟ ਪੀਸਾਂ ਦਾ ਜੀ, ਇਸ ਦੇ ਵਿੱਚ ਤੁਹਾਨੂੰ ਮਸਲੀਨ ਸ਼ਿਮਰ, ਮਸਲੀਨ ਆਹ ਦੇਖੋ ਰੈੱਡ ਕਿੰਨਾ ਸੋਹਣਾ ਡਿਜ਼ਾਇਨ ਆ, ਮੋਸਟਲੀ ਬਹੁਤ ਸੋਹਣੇ ਸੋਹਣੇ ਡਿਜ਼ਾਇਨ ਤੁਹਾਨੂੰ ਆਏ ਜੀ। ਆਹ ਸਾਰਾ ਦੇਖ ਸਕਦੇ ਜੀ ਮਸਲੀਨ ਦਾ ਪਾਰਸਲ ਹੈ ਜੀ, ਤੁਹਾਨੂੰ ਚਨੂਨ ਦੇ ਪ੍ਰਿੰਟ ਵੀ ਸ਼ੋਅ ਕਰਾਂਗੇ ਜੀ, ਡਿਵਾਈਨ ਦੇ ਮਾਲ ਵੀ ਸ਼ੋਅ ਕਰਾਂਗੇ ਜੋ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਡਿਵਾਈਨ ਦਾ ਮਾਲ ਜੀ। ਆਹ ਦੇਖ ਸਕਦੇ ਹੋ ਤੁਸੀਂ, ਇਹ ਸਾਰੇ ਮਸਲੀਨ ਦੇ ਪ੍ਰਿੰਟ ਹੈ ਜੀ, ਮਸਲੀਨ ਦੇ ਵਿੱਚ ਹੈ ਜੀ ਇਹ ਸਾਰੇ। 200 ਰੁਪਏ ਮੀਟਰ ਰੇਟ ਹੈ ਜੀ। ਅਤੇ ਕੱਲ੍ਹ ਇਸ ਤਰ੍ਹਾਂ ਕੁਛ ਨਹੀਂ ਹੋਊਗਾ, ਕੱਲ੍ਹ ਤੁਸੀਂ ਹਰ ਕੋਈ ਜਾਣਾ ਵਿਜ਼ਿਟ ਕਰ ਸਕਦਾ ਹੈ ਜੀ। ਸਹੀ ਅਸੀਂ 9 ਵਜੇ ਹੀ ਓਪਨ ਕਰਾਂਗੇ ਕੱਟ ਪੀਸ ਜੀ। ਕੋਈ ਵੀ ਬੁਟੀਕ ਵਾਲੇ ਨੂੰ ਜਾਂ ਕੋਈ ਵੀ ਸ਼ੋਪਕੀਪਰ ਨੂੰ ਅਸੀਂ ਪਹਿਲਾਂ ਸ਼ੋਪ ਸ਼ੋਅ ਨਹੀਂ ਕਰਾਂਗੇ ਕੱਟ ਪੀਸ ਜੀ, ਸਹੀ 9 ਵਜੇ ਹੀ ਓਪਨ ਕਰਾਂਗੇ ਜੀ। ਹਾਂਜੀ ਹਾਂਜੀ ਓਪਨ ਕਰ ਲਓ ਜੀ, ਆ ਵੀ ਡਿਵਾਈਨ ਵਾਲੇ ਵੀ ਅੱਗੇ ਰੱਖ ਲਓ। ਹਾਂਜੀ ਕੋਈ ਵੀ ਮਤਲਬ ਕਸਟਮਰ ਇਹ ਨਹੀਂ ਕਹਿ ਸਕਦਾ ਕਿ ਅਸੀਂ ਓਪਨ ਕਰਤੇ ਪਹਿਲਾਂ ਜੀ, ਅਸੀਂ ਸੋਈ ਓਨ ਦਾ ਟਾਈਮ ਸਹੀ 9 ਵਜੇ ਹੀ ਓਪਨ ਕਰਾਂਗੇ ਕੱਟ ਪੀਸ ਜੀ, ਡਿਵਾਈਨ ਦੇ ਵੀ ਐਂਡ ਮਸਲੀਨ ਦੇ ਵੀ ਜੀ। ਅਤੇ 9 ਵਜੇ ਤੋਂ ਪਹਿਲਾਂ ਨਹੀਂ ਓਪਨ ਕਰਦੇ, ਅਤੇ ਕੋਈ ਵੀ ਮਤਲਬ ਕਸਟਮਰ ਸਾਨੂੰ ਇਸ ਤਰ੍ਹਾਂ ਦਾ ਕਮੈਂਟ ਨਾ ਕਰੇ ਕਿ ਅਸੀਂ ਪਹਿਲਾਂ ਓਪਨ ਕਰ ਦਿੰਦੇ ਹਾਂ, ਇਸ ਵਾਰ ਇਸ ਤਰ੍ਹਾਂ ਦਾ ਨਹੀਂ ਹੋਵੇਗਾ। ਓਨ ਦਾ ਟਾਈਮ ਹੀ ਸਾਰੇ ਕੱਟ ਪੀਸ ਓਪਨ ਕੀਤੇ ਜਾਣਗੇ, ਤੁਹਾਨੂੰ ਹਰ ਤਰ੍ਹਾਂ ਦੇ ਜੋ ਅਸੀਂ ਡਿਜ਼ਾਇਨ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ, ਅਤੇ ਉਸ ਵਕਤ ਹੀ ਓਪਨ ਕੀਤੇ ਜਾਣਗੇ ਸਹੀ 9 ਵਜੇ। ਹਾਂਜੀ ਅਤੇ ਔਨਲਾਈਨ ਡਿਲੀਵਰੀ ਨਹੀਂ ਹੈਗੀ ਕੱਟ ਪੀਸਾਂ ਦੀ, ਪਲੀਜ਼ ਇੱਕ ਰਿਕੁਐਸਟ ਹੈ ਤੁਸੀਂ ਕੋਈ ਵੀ ਜਾਣਾ ਸਕਰੀਨਸ਼ੋਟ ਨਾ ਲਿਓ, ਕਿਉਂਕਿ ਔਨਲਾਈਨ ਡਿਲੀਵਰੀ ਨਹੀਂ ਹੈਗੀ। ਜੋ ਸ਼ੋਪ 'ਤੇ ਵਿਜ਼ਿਟ ਕਰ ਸਕਦੇ ਆ ਜੀ ਉਹ ਕੱਟ ਪੀਸ ਲੈ ਸਕਦੇ ਜੀ। ਇਹ ਹੈਗੇ ਜੀ ਚਨੂਨ ਪ੍ਰਿੰਟ ਦੇ ਕੱਟ ਪੀਸ, ਪਿਓਰ ਚਨੂਨ ਦੇ, ਅਤੇ ਇਹ ਸਾਰਾ ਮਾਲ ਪਿਓਰ ਕਰੇਵ ਦੇ ਵਿੱਚ ਹੈ ਜੀ, ਇਹ ਵੀ ਮਾਲ ਪਿਓਰ ਚਨੂਨ ਦੇ ਵਿੱਚ ਹੈ ਜੀ, ਇਹ ਕਰੇਵ ਦੇ ਵਿੱਚ ਆ ਗਿਆ ਇਹ ਮਾਲ ਵੀ। ਚਨੂਨ ਦੇ ਵਿੱਚ ਜੀ ਹਾਂਜੀ ਜ਼ਿਆਦਾ ਮਾਲ ਮਸਲੀਨ ਦਾ ਜੀ, ਅਤੇ ਉਸ ਤੋਂ ਬਾਅਦ ਜ਼ਿਆਦਾ ਮਾਲ ਹੈਗਾ ਜੀ ਡਿਵਾਈਨ ਸਿਲਕ ਦਾ, ਜਿਸ ਨੂੰ ਟੈਬੀ ਲਾਈਨਿੰਗ ਬੋਲਦੇ ਆ ਜੀ, ਫਿਰ ਚਨੂਨ ਦਾ ਮਾਲ ਹੈ ਜੀ, ਕਰੇਬ ਦਾ ਮਾਲ ਸਭ ਤੋਂ ਜ਼ਿਆਦਾ ਘੱਟ ਹੈ ਜੀ। ਸਾਰੇ ਕੱਪੜਿਆਂ ਦਾ ਰੇਟ 200 ਰੁਪਏ ਮੀਟਰ ਹੈ ਜੀ। ਆਹ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਡਿਵਾਈਨ ਦੇ ਮਾਲ ਹੈ ਜੀ, ਦਾਸ ਬ੍ਰੈਂਡ ਦੇ ਜੀ। ਹੁਣ ਜੇ ਬਹੁਤ ਹੀ 1000 ਦੀ ਸ਼ਰਟ ਹੈ ਵੈਸੇ ਜੀ ਥਾਨਾ 'ਚ, ਪਰ ਕੱਟ ਪੀਸ ਤੁਹਾਨੂੰ 1000 ਰੁਪਏ ਦਾ ਸੂਟ ਪੈ ਰਹਿ ਗਿਆ ਜੀ, ਇਹ ਹਾਫ ਰੇਟ ਹੀ ਹੋ ਗਿਆ ਜੀ। ਆਹ ਤੁਸੀਂ ਦੇਖ ਸਕਦੇ ਹੋ ਟੈਬੀ ਲਾਈਨਿੰਗ ਡਿਵਾਈਨ ਸਿਲਕ ਦੇ ਓਰੀਜਨਲ ਪ੍ਰਿੰਟ ਜੀ, ਦਾਸ ਬ੍ਰੈਂਡ ਦੇ, ਅਤੇ ਰੇਟ ਰੂ ਹੈ ਜੀ ਸਿਰਫ 200 ਰੁਪਏ ਮੀਟਰ। ਕੁਝ ਪੀਸ ਪੁੱਠੇ ਹੈ ਜੀ, ਇਹ ਸਿੱਧੇ ਕਰਨੇ ਪੈਣਗੇ ਜੀ। ਆਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅਲਟੀਮੇਟ, ਬਹੁਤ ਹੀ ਸੋਹਣਾ ਕੱਪੜਾ ਜੀ, ਬਹੁਤ ਹੀ ਘੱਟ ਰੇਟ ਦੇ ਵਿੱਚ ਦਿੱਤਾ ਜਾ ਰਿਹਾ ਜੀ। ਕੱਲ੍ਹ ਸਵੇਰੇ
ਕਰਾਂਗੇ ਜੀ ਓਪਨ 9 ਵਜੇ ਜੀ। ਆਹ ਤੁਸੀਂ ਸਾਰੇ ਦੇਖ ਸਕਦੇ ਹੋ ਪੀਸ ਜੀ, ਡਿਵਾਈਨ ਦੀ ਹੈ। ਹਾਂਜੀ, ਇੱਕ ਦੋ ਪਾਰਸਲ ਹੋਰ ਹੋਣਗੇ ਡਿਵਾਈਨ ਦੇ, ਉਹ ਦਿਖਾ ਦਿਓ ਕਸਟਮਰ ਨੂੰ। ਡਿਵਾਈਨ ਦੇ ਪੀਸ ਦੇਖੋ ਕਿੰਨੇ ਅਲਟੀਮੇਟ ਹੈ ਜੀ, ਪ੍ਰਿੰਟ ਵੀ ਬਹੁਤ ਸੋਹਣੇ ਹੈ ਜੀ। ਆਹ ਦੇਖੋ ਜੀ ਡਿਵਾਈਨ ਦੇ, ਇੱਕ ਹੋਰ ਪਾਰਸਲ ਆਇਆ ਜੀ। ਹਾਂਜੀ, ਇਹ ਸੀ ਸਾਰੇ ਕੱਟ ਪੀਸ ਜੀ, ਜੋ ਅਸੀਂ ਤੁਹਾਨੂੰ ਸ਼ੋਅ ਕੀਤੇ ਜੀ। ਸਵੇਰੇ ਸਹੀ 9 ਵਜੇ ਓਪਨ ਕਰਾਂਗੇ ਜੀ, ਪਹਿਲਾਂ ਨਹੀਂ ਓਪਨ ਕਰਦੇ ਜੀ। ਹਾਂਜੀ, ਜ਼ਰੂਰ ਨੋਟਿਸ ਕੀਤਾ ਜਾਵੇ। ਅਤੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਜੀ, ਜੋ ਨਿਊ ਸਬਸਕ੍ਰਾਈਬਰ ਹੈ ਜੀ, ਸਾਨੂੰ ਫਸਟ ਟਾਈਮ ਦੇਖ ਰਹੇ ਹੈ, ਸਾਡੀ ਸ਼ੋਪ ਮਾਨਸਾ ਦੇ ਵਿੱਚ ਸਥਿਤ ਹੈ ਜੀ, ਕਾਕਾ ਕਲੋਥ ਹਾਊਸ ਦੇ ਨਾਮ ਤੋਂ ਜੀ। ਕਾਕਾ ਕਲੋਥ ਹਾਊਸ ਪੀਰਖਾਨੇ ਦੇ ਨਾਲ ਡੱਬੇ ਵਾਲੀ ਗਲੀ ਦੇ ਵਿੱਚ ਜੀ ਆਪਣੀ ਸ਼ੋਪ ਹੈ ਜੀ, ਪੀਰਖਾਨੇ ਦੇ ਨਾਲ ਡੱਬੇ ਵਾਲੀ ਗਲੀ ਦੇ ਵਿੱਚ ਆਪਣੀ ਸ਼ੋਪ ਹੈ। ਹਾਂਜੀ, ਅਤੇ ਬੱਸ ਸਟੈਂਡ ਤੋਂ 5 ਕੁ ਮਿੰਟ ਪੈਦਲ ਲੱਗਦੇ ਹੈ ਜੀ। ਅਤੇ ਹਾਂਜੀ, ਅਤੇ ਤੁਸੀਂ ਬਾਕੀ ਇੱਕ ਤੁਹਾਨੂੰ ਕੰਟੈਕਟ ਨੰਬਰ ਦੱਸਦੇ ਜੀ, 9464-96-298, 9464-98-298। ਇਸ 'ਤੇ ਸਿਰਫ ਤੁਸੀਂ ਸ਼ੋਪ 'ਤੇ ਵਿਜਿਟ ਕਰ ਸਕਦੇ ਹੋ ਜੀ, ਐਡਰੈਸ ਪੁੱਛਣ ਲਈ, ਸ਼ੋਪ ਦਾ ਐਡਰੈਸ ਪੁੱਛਣ ਲਈ ਜੀ। ਹਾਂਜੀ, ਹਾਂਜੀ, ਇਹ ਸਾਰੇ ਸੀ ਕੱਟ ਪੀਸ ਜੀ। ਵੀਰਵਾਰ ਨੂੰ 29 ਅਗਸਤ ਨੂੰ ਓਪਨ ਕੀਤੇ ਜਾਣਗੇ, ਅਤੇ ਜੋ ਕਸਟਮਰ ਇਹਨਾਂ ਕੱਟ ਪੀਸਾਂ ਨੂੰ ਪਰਚੇਜ਼ ਕਰਨਾ ਚਾਹੁੰਦਾ, ਖਰੀਦਣਾ ਚਾਹੁੰਦਾ, ਕੱਲ੍ਹ ਵਿਜਿਟ ਕਰ ਲੈਣ ਜੀ।